ਵੈਰਮ ਸਾਹਿਬ ਜ਼ਾਕਰ ਅਲਬੈ ਜਨਾਬ ਭਾਈ ਤੁਫੈਲ ਹੁਸੈਨ ਆਫ ਨਰਵਾਲੀ ਔਰ ਇਹਨਾਂ ਫੌਰਨ ਬਾਅਦ ਸੈਦ ਜ਼ਾਕਰੀਨ ਫਖਰ ਜ਼ਾਕਰੀਨ ਉਮਦਾ ਤੋਂ ਜ਼ਾਕਰੀਨ ਫਖਰ ਸਦਾ ਵੈਰਮ ਸਾਹਿਬ ਬਾਬਾ ਸੈਦ ਜ਼ੈਗਮ ਅਬਾਦ ਸ਼ਾਹ ਸਾਹਿਬ ਆਫ ਟਿੱਬਾ ਫੋਟੇ ਸ਼ੇ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਹੈਦਰੀ ਹੁਸੈਨੀਅਤ ਯਜ਼ੀਦੀਅਤ ਮਿਲ ਕੇ ਖਾਨਦਾਨ ਜ਼ਹਰਾ ਤੇ ਬਾਬਾ ਦੇ ਬੁਲੰਦ ਸਲਵਾਤ ਸਨ ਪਰ ਯਾ ਰੱਬ ਮਿਲ ਜਾਏ ਨਾ ਕੋਈ ਜਾਣਨ ਵਾਲਾ ਯਾ ਰੱਬ ਮਿਲ ਜਾਏ ਨਾ ਕੋਈ ਜਾਣਨ ਵਾਲਾ ਬਾਜ਼ਾਰ ਮੇ ਸੱਜਾ ਦੁਆ ਮੰਗ ਰਹਾ ਹੈ ਬਿਸਮਿਲਲਾਹ ਕਰ ਯਾ ਰੱਬ ਮਿਲ ਜਾਏ ਨਾ ਕੋਈ ਜਾਣਨ ਵਾਲਾ ਬਾਜ਼ਾਰ ਮੇ ਸੱਜਾ ਦੁਆ ਮੰਗ ਰਹਾ ਹੈ ਤਾਰੀਖ ਨੇ ਗੈਰਤ ਕਾ ਖੁਦਾ ਲਿਖਾ ਹੈ ਜਿਸਕੋ ਹਰ ਮੋੜ ਪੇ ਜ਼ੈਨਬ ਕੀ ਰਿਦਾ ਮੰਗ ਰਹਾ ਹੈ ਬਿਸਮਿਲਲਾਹ ਕਰਾਂ ਮਾਲਕ ਤੁਹਾਨੂੰ ਤਾਂ ਕਿਆਮਤ ਆਬਾਦ ਰੱਖੇ ਵਸਦੇ ਘਰਾਂ ਦੇ ਬੰਦੇ ਬੈਠੇ ਹੋ ਮੌਤ ਫੌਤ ਹਰ ਬੰਦੇ ਨਾਲ ਹੈ ਕਿਸੇ ਘਰ ਕਜ਼ੀਆ ਹੋ ਜਾਵੇ ਨਾ ਕਿਸੇ ਦਾ ਮਾਤਮ ਹੋ ਜਾਵੇ ਕਰੀਬ ਦੇ ਰਿਸ਼ਤੇਦਾਰ ਜਨਾਜ਼ੇ ਚਾਰਲ ਦੇਣ ਅੱਛਾ ਜਿਹੜੇ ਜਨਾਜ਼ੇ 'ਚ ਨਹੀਂ ਆ ਸਕਦੇ ਉਹ ਕੁਲਖਾਨੀ 'ਤੇ ਆ ਜਾਂਦੇ ਨੇ ਦਸਵੇਂ 'ਤੇ ਆ ਜਾਂਦੇ ਨੇ ਅੱਛਾ ਅਤੇ ਜਿਹੜੇ ਢੇਰ ਦੂਰ ਦੇ ਹੋਣ ਨਾ ਜਨਾਜ਼ੇ 'ਚ ਸ਼ਾਮਿਲ ਹੋ ਸਕਣ ਨਾ ਕੁਲਖਾਨੀ 'ਤੇ ਦਸਵੇਂ 'ਚ ਆ ਸਕਣ ਉਹ ਕਮ ਅਜ਼ ਕਮ ਚੇਲਮ 'ਤੇ ਜ਼ਰੂਰ ਆਉਂਦੇ ਨੇ ਇੰਝ ਗੱਲ ਹੈ ਅੱਜ ਡੇਢ ਮਹੀਨਾ ਗੁਜ਼ਰ ਗਿਆ ਧੀਆਂ ਭੈਣਾਂ ਨਾਲ ਲੈ ਕੇ ਕਦੀ ਕਿਸੇ ਗੱਲੀ 'ਚ ਮਾਤਮ ਕਰਨੇ ਹਾਂ ਕਿਤੇ ਕਿਸੇ ਬਾਜ਼ਾਰ 'ਚ ਰੋਂਦੇ ਹਾਂ ਪੁੱਛ ਤਾਂ ਸਹੀ ਦੁੱਖ ਕਿਹੜਾ ਖਾ ਗਿਆ ਨੇ ਗੁਈ ਰਾਤ ਵਾਲੇ ਉੱਲਾ ਦੀ ਕਾਇਨਾਤ ਦਾ ਉਹ ਗਰੀਬ ਹੁਸੈਨ 9 ਲੱਖ ਮੁਸਲਮਾਨਾਂ 'ਚੋਂ ਇਸ ਮਜ਼ਲੂਮ ਦਾ ਨਾਂ ਕਿਸੇ ਜਨਾਜ਼ਾ ਪੜ੍ਹਿਆ ਸਦਕਿਉਂ ਨਾ ਕਿਸੇ ਕੁੱਲ 'ਤੇ ਦਸਵਾਂ ਮਨਾਇਆ ਯਾਰਾਂ ਮੁਹਰਮ ਏ ਦੁਪਹਿਰਾਂ ਦਾ ਵੇਲਾ ਏ ਜਦੋਂ ਬੈਨ ਕੱਟੀਆਂ ਰੱਗਾਂ ਚੁੰਮ ਕੇ ਪਿਆਦੀ ਆਈ ਜੇ ਸ਼ਾਮ 'ਚੋਂ ਜੀਂਦੀ ਵੱਲ ਆਈ ਤੇਰਾ ਚੇਲਾ ਮਾ ਮਨੇ ਸਾ ਬਿਰਾਨ ਪਿਆਦੀ ਆਈ ਮੇਰੀ ਫਤਿਹ ਦੀ ਦੁਆ ਮੰਗੀ ਕਿਉਂ ਮੇਰਾ ਮਹਾਜ਼ ਬੜਾ ਔਖਾ ਹੈ ਹੁਸੈਨ ਤੂੰ ਮਰਦਾਂ ਮੈਂ ਤੇਰਾ ਮੁਕਾਬਲਾ ਮਰਦਾਂ ਨਾਲ ਆ ਮੈਂ ਅਲੀ ਦੀ ਪਰਦਾਦਾਰ ਧੀਆਂ ਮੁਕਾਬਲਾ ਏ ਅਰਬ ਦੇ ਬੇਹਯਾ ਲੋਕਾਂ ਨਾਲ ਬਸ ਇੱਕ ਹੋਰ ਲਫ਼ਜ਼ 'ਤੇ ਇੱਕ ਵੈਨ ਪੇ ਪੜ੍ਹਨਾ ਕਸਰੇ ਯਜ਼ੀਦੀਅਤ 'ਤੇ ਹੁਸੈਨੀਅਤ ਦੀ ਫਤਿਹ ਦਾ ਪਰਚਮ ਲਹਿਰਾ ਕੇ ਸ਼ਾਮ ਦੀ ਇੱਟ ਇੱਟ 'ਤੇ ਲਿਖਾ ਕੇ ਬਾਗੀ ਨੇ ਹੁਸੈਨ ਮੁਜੱਸਮ ਦੀ ਨੇ ਸ਼ਾਮ ਦੀ ਫਾਤਿ ਮਦੀਨੇ ਤੋਂ ਬਾਹਰਾ ਖੜੀ ਜ਼ੈਨ ਉਲ ਅਬਾਦ ਦੇ ਜ਼ਖਮੀ ਮੁੰਡੇ 'ਤੇ ਉਮਲ ਮਸਾਹਿਬ ਦਾ ਹੱਥ ਆਇਆ ਯਾ ਬੁਨੱਈਆ ਮਿਨ ਅਈਏ ਬਿਲਾਦੁਨ ਸਜਾਦ ਸਾਹਮਣੇ ਕਿਹੜਾ ਸ਼ਹਿਰ ਹੈ ਅਮਰ ਨਾਨੇ ਦੀ ਨਗਰੀ ਆ ਗਈ ਹੈ ਸਜਾਦ ਮਦੀਨਾ ਹੈ ਹਾਂ ਅਮਾ
ਹੁਣ ਜ਼ਖਮੀ ਹੱਥ ਮੱਥੇ 'ਤੇ ਰੱਖੇ ਹਨ। ਮਦੀਨਾ ਤੋਂ ਜੱਦੇ ਨਾ ਲਾ ਤਕਬਲੀ ਨਾ, ਉਹ ਮੇਰੇ ਨਾਨੇ ਦਾ ਸ਼ਹਿਰ ਮੈਨੂੰ ਕਬੂਲ ਨਾ ਕਰੀ, ਜ਼ੈਨਬ ਉੱਜੜ ਕੇ ਵੱਲ ਆਈ ਆਈ। ਸੱਜੇ ਪਾਸੇ ਆਲੀਆ ਦੀ ਨਜ਼ਰ ਪਈ, ਇੱਕ 5 ਸਾਲ ਦਾ ਬੱਚਾ ਹੈ। ਗੁਜਰਾਤ ਵਾਲਿਓ ਦੀਗਰ ਵੇਲੇ ਸ਼ਾਮ ਵਾਲੇ ਪਾਸੇ ਵੇਦਾ, ਇੰਝ ਮਹਿਸੂਸ ਹੋ ਰਿਹਾ ਜਿਵੇਂ ਕਿਸੇ ਦਾ ਰਾਹ ਪਿਆ ਵੇਦਾ। ਆਲੀਆ ਦੀ ਆਵਾਜ਼ ਆਈ, ਸੱਜਾਦ ਇਸ ਬੱਚੇ ਤੋਂ ਜਾ ਕੇ ਪੁੱਛੇ ਕੌਣ ਹੈ ਅਤੇ ਡੀਗਰ ਵੇਲੇ ਇਸ ਰਾਹ 'ਤੇ ਬਹਾਣ ਦਾ ਮਕਸਦ ਕਿਆ ਇਸ। ਜ਼ੈਨੁਲ ਆਬਦੀਨ ਬੱਚੇ ਦੇ ਕਰੀਬ ਆਏ, ਮਾਂ ਤਾਰਫਾ, ਤਾਰਫ ਕਰਵਾ ਕੌਣ ਹੈ? ਬੱਚਾ ਪਿਆਦਾ, ਮੇਰਾ ਨਾਮ ਉਬੈਦ ਹੈ। ਜ਼ੈਨੁਲ ਆਬਦੀਨ ਦੀ ਆਵਾਜ਼ ਆਈ, ਅਤੇ ਤੇਰੇ ਪਿਓ ਦਾ ਨਾਮ? ਅਦੈ, ਮੇਰੇ ਬਾਬੇ ਦਾ ਨਾਂ ਹੈ ਗਾਜ਼ੀ ਅੱਬਾਸ। ਅਜੇ ਅੱਬਾਸ ਦੀ ਸੀਨ ਨਹੀਂ ਮੁੱਕੀ, ਉਹ ਛੱਤੀਆਂ ਇਸ਼ਾਰਾਂ 'ਚ ਪੱਥਰ ਜੜਲਣ ਵਾਲਾ ਜ਼ੈਨੁਲ ਆਬਦੀਨ, ਤੁਹਾਡੇ ਜਿਹੜਾ ਬਿਮਾਰ ਆਈ, ਬਿਸਮਿਲ੍ਲਾ ਪੜਦਾ ਜ਼ੁਬਾਨ 'ਚੋਂ ਜ਼ਮੀਨ ਤੋਂ ਤਲੀਆਂ ਟੇਕ ਕੇ ਉੱਠਿਆ। ਅਦਾ ਯਾਰ, ਬੜਾ ਸੋਹਣਾ ਚਾਇਆ ਨਾਂ ਅੱਬਾਸ ਦਾ, ਇੱਕ ਵਾਰੀ ਮੁੜ ਦੱਸ। ਕਹਿੰਦਾ, ਪੁੱਤਰ ਗਾਜ਼ੀ ਅੱਬਾਸ ਦਾ ਪੁੱਤਰ ਹਾਂ, ਜਿਨ੍ਹਾਂ ਦੀ ਤਵੱਜੋ ਮਜਲਸ 'ਚ 7 ਵਾਰ ਨਾਂ ਪੁੱਛਿਆ ਜ਼ੈਨੁਲ ਆਬਦੀਨ ਨੇ, 7 ਵਾਰ ਬਾਕਿਰ ਦਾ ਬਿਮਾਰ ਬਾਬਾ ਤਾਜ਼ੀਮਨ ਉੱਠਿਆ, 7 ਵਾਰ ਜ਼ਮੀਨ 'ਤੇ ਬੈਠਾ। ਉਬੈਦਾ ਦਾ, ਮੈਂ ਹੈਰਾਨ ਹਾਂ, ਤੇਰੀ ਝੁੱਕੀ ਹੋਈ ਕਮਰ ਹੈ, ਤੇਰੀ ਚਿੱਟੀ ਦਾੜੀ ਹੈ, ਕੋਈ ਤਿੰਨ ਅਜੀਬ ਬਿਮਾਰੀ ਹੈ, ਪਾਣੀ ਰੋਂਦੇ ਬੜੇ ਲੋਕ ਵੇਖੇ, ਤੂੰ ਪਾਣੀ ਨਹੀਂ ਖੂਨ ਰੋਣਾ, ਮੈਂ ਗਾਜ਼ੀ ਦਾ ਨਾਂ ਚਾਹੁੰਦਾ, ਔਖਾ ਜ਼ਮੀਨ ਟੁੱਟਣਾ ਹੈ, ਔਖਾ ਬਹਾਨਾ ਹੈ, ਕਿਹੜਾ ਐਡਾ ਵੱਡਾ ਅੱਬਾਸ ਦਾ ਤੇਰੇ 'ਤੇ ਅਹਿਸਾਨ ਹੈ? ਰਾਤ ਵੱਧ ਗਈ ਹੈ, ਰੋ ਕੇ ਆਦਾ, ਜੇ ਅਹਿਸਾਨ ਦੀ ਗੱਲ ਕਰਨਾ ਨਾ, ਅਹਿਸਾਨ ਗਾਜ਼ੀ ਦੇ ਦੇਣ, ਤੂੰ ਕਿਆਮਤ ਤਾਈਂ ਨਾ ਚਾਹੁੰਦਾ ਰਹੋ, ਮੈਂ ਉੱਠਦਾ ਵੀ ਰਾਸਾਂ, ਬਾਂਹਦਾ ਵੀ ਰਾਸ। ਬਸ ਹੋ ਗਈ ਡਿਊਟੀ, ਇੱਕ ਵੈਨ 'ਤੇ ਦੁਆ। ਅੱਛਾ, ਇੱਥੇ ਆਉਂਦਾ ਕਿਉਂ ਹੈ? ਆਉਣ ਦਾ ਮਕਸਦ ਦੱਸ। ਅਦਾ, ਤਿੰਨ ਨਹੀਂ ਦੱਸ ਸਕਦਾ, ਇਹ ਗੱਲ ਉਸ ਨੂੰ ਦੱਸਣੀ ਹੈ ਜਿਹੜਾ ਜ਼ਾਤ ਦਾ ਸੱਯਦ ਉਹ ਸੀ। ਇੰਝ ਉਜਾੜਿਆ ਮੁਸਲਮਾਨਾਂ, ਹੁਸੈਨ ਦਾ ਪੁੱਤਰ ਸੱਜਾਦ, ਅੱਬਾਸ ਦਾ ਪੁੱਤਰ ਉਬੈਦੁੱਲਾ, ਇੱਕ ਦੂਜੇ ਨੂੰ ਸਮਝਾਤਾ ਹੀ ਕੋਈ ਨਹੀਂ। ਸੱਜਾਦ ਦਾ ਆਇਆ ਕਿਉਂ ਹੈ? ਉਬੈਦ ਦਾ ਇਹ ਗੱਲ ਉਸ ਨੂੰ ਦੱਸਣੀ ਹੈ ਜਿਹੜਾ ਜ਼ਾਤ ਦਾ ਸੱਯਦ ਹੋਇਆ। ਰਾਤ ਸੱਯਦ ਉਲ ਸਾਜਦੀਨ ਦੀ ਵੱਧ ਗਈ, ਉਮਲ ਮਸਾਹਿਬ ਦੇ ਖੈਮੇ ਦੇ ਬਾਹਰ ਆ ਖੜਾ ਹੈ। ਅੰਮਾ, ਝੋਲੀ 'ਚ ਆ, ਮੰਗ ਦੁਆ, ਸੱਜਾਦ ਮਰ ਵੰਜੇ। ਕਿਉਂ ਆ ਮੇਰਾ ਗੈਰਤ ਦਾ ਖੁਦਾ, ਬਚੜਾ ਮਰਨ ਦੀਆਂ ਬਦਦੁਆਈਂ ਕਿਉਂ ਪਿਆ ਮੰਗਣਾ ਹੈ? ਅੰਮਾ, ਮਰਨ ਦੀ ਬਦਦੁਆ ਨਾ ਮੰਗਾਂ ਅਤੇ ਕਿਤੇ ਜਾਵਾਂ? ਉਹ ਵੇਖ, ਸੱਕੇ ਚਾਚੇ ਗਾਜ਼ੀ ਦਾ ਪੁੱਤਰ ਉਬੈਦ ਹੈ, ਉਸ ਮੈਨੂੰ ਸਮਝਾਤਾ ਹੀ ਕੋਈ ਨਹੀਂ। ਬੀਬੀ ਆਦੀ ਮੇਰੇ ਕੋਲ ਬੋਲਾ, ਜ਼ੈਨੁਲ ਅਬਾ ਹੱਕਲ ਮਾਰੀ, ਖੈਮੇ ਦੇ ਬਾਹਰ ਆ ਖੜਾ ਹੈ ਗਾਜ਼ੀ ਦਾ ਬਚੜਾ, ਵੇਖੋ ਮੇਰੇ ਪਾਸੇ, ਬਿਲਕੁਲ ਵਹਿਣ ਪੜਨਾ, ਦੁਆ ਪੈ ਦੇਣਾ, ਝੋਲੀ ਚਾਹੀਏ, ਤੋਹੀਦ ਦੀ ਮੋਸਿਨਾ ਬੀਬੀ, ਮੇਰਾ ਅੱਲਾ ਤੇਰਾ ਸ਼ੁਕਰ ਹੈ, ਭਾਵੇਂ ਮੈਨੂੰ ਮਾਂ ਛੱਡਣ ਵਾਲਾ ਕੋਈ ਨਹੀਂ ਰਿਹਾ, ਵੀਰਾਂ ਦੀ ਨਸਲ ਬਚ ਗਈ ਹੈ। ਸਦਕੇ ਜਾਂ, ਮੈਂ ਬਿਸਮਿਲ੍ਲਾ ਕਰਾਂ, ਝੋਲੀਆਂ 'ਚ ਬਹਾ ਕੇ ਉਬੈਦ ਨੂੰ ਮੱਥਾ ਚੁੰਮ ਕੇ, ਉਮਲ ਮਸਾਹਿਬ ਪਿਆ ਦੇ, ਤੇਰਾ ਨਾਮ ਆਦਾ, ਮੇਰਾ ਨਾਮ ਉਬੈਦ ਹੈ, ਬੀਬੀਆਂ ਦੇ ਤੇਰੇ ਪਿਓ ਦਾ ਨਾਂ ਆਦਾ, ਮੇਰੇ ਬਾਬੇ ਦਾ ਨਾਂ ਹੈ ਗਾਜ਼ੀ ਅੱਬਾਸ, ਉਮਲ ਮਸਾਹਿਬ ਬੀਬੀ ਦੀ ਆਵਾਜ਼ ਆਈ, ਇਹ ਤਿੰਨ ਕਿਹੜਾ ਪੱਤਾ ਹੈ? ਤੇਰਾ ਪਿਓ ਅੱਬਾਸ, ਮੇਰੇ ਦਰਵਾਜ਼ੇ ਦਾ ਫਾਰੇਦਾਰ, ਉਹ ਗੁਜਰਾਤ ਵਾਲਿਓ ਹੁਣ ਝੋਲੀ ਛੱਡ ਦਿੱਤੀ ਹੈ, ਇੰਝ ਸਾਹਮਣੇ ਆ ਖੜਾ ਹੈ, ਆਦਾ ਬੀਬੀ ਤੂੰ ਆਦੀ, ਮੇਰਾ ਬਾਬਾ ਅੱਬਾਸ ਤੇਰੇ ਦਰਵਾਜ਼ੇ ਦਾ ਪਾਰੇਦਾਰਾ, ਜਲਦੀ ਜਵਾਬ ਦੇ, ਤੂੰ ਕੋਈ ਜ਼ੈਨਾ ਵੇ। ਆਵਾਜ਼ ਆਉਂਦੀ ਹੈ, ਮੁਬਾਰਕ ਹੋਵੇ, ਫਿਰਾਵਾਂ ਮੋਈ ਵੱਲ ਆਈ ਆਈ,
ਮੱਥਾ ਚੁੰਮਿਆ ਆਦਿ ਮੈਨੂੰ ਡਸਾ ਜੋ ਇਸ ਰਾਤ ਆ ਕੇ ਪਾਉਂਦਾ ਕਿਉਂ ਹੈ ਉਹ ਵੈਦਾ ਦਾ ਪਹਿਲਾ ਦਿਨ ਨਹੀਂ ਮੈਨੂੰ ਚਾਰ ਮਹੀਨੇ ਗੁਜ਼ਰ ਗਏ ਮੈਂ ਰੋਜ਼ਾਨਾ ਇਸ ਰਸਤੇ 'ਤੇ ਆ ਕੇ ਬਾਹਨਾ ਆਲੀਆ ਦੀ ਆਵਾਜ਼ ਆਈ ਹੈ ਬਹਾਣ ਦਾ ਮਕਸਾਦ ਆਦਾ ਜਿਹੜਾ ਘਰ ਵੈਨਾ ਵਿਛੋੜੇ ਦੀ ਮਲਕਾ ਅਕਬਰ ਦੇ ਵੰਡੇ ਦੀ ਭੈਣ ਦੀਵਾਰਾਂ ਨਾਲ ਟਕਰਾ ਮਾਰ ਮਾਰ ਕੇ ਰੋਂਦੀ ਹੈ ਮੈਨਾਂ ਦੀ ਹੈ ਉਹ ਵੈਦ ਫਿਰਾਂ ਜਾ ਪਤਾ ਕਰਕੇ ਆ ਮੇਰਾ ਅਕਬਰ ਵੱਲ ਆਇਆ ਆਦੇ ਜਾ ਪਤਾ ਕਰ ਮੇਰਾ ਲਮਾਲਾ ਚਾਚਾ ਵਲੇ ਆਏ ਜਾਂ ਕੋਈ ਨਾ ਮੁਹੰਮਦ ਇਹ ਸਨ ਜ਼ਖਰੇ ਵਾਲੇ ਪੈ ਜਨਾਬ ਭਾਈ ਤਫੈਲ ਹੁਸੈਨ।